ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ। ਕਲਾਨੌਰ ਦੇ ਵਿੱਚ ਸਰਬ ਕਲਿਆਣ ਸੇਵਾ ਸੁਸਾਇਟੀ ਦੇ ਵੱਲੋਂ ਹਰ ਸੰਗਰਾਂਦ ਵਾਲੇ ਦਿਨ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਸਰਬ ਕਲਿਆਣ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਹੇਠ ਇਹ ਰਾਸ਼ਨ ਵਿਧਵਾ ਔਰਤਾਂ, ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ। ਸਰਬ ਕਲਿਆਣ ਸੇਵਾ ਸੁਸਾਇਟੀ ਦੇ ਵੱਲੋਂ ਸ਼ੁਰੂ ਕੀਤੀ ਗਈ ਇਹ ਸੇਵਾ 5/5/2017 ਤੋਂ ਲੈ ਕੇ ਅੱਜ ਤੱਕ ਨਿਰੰਤਰ ਚੱਲਦੀ ਆ ਰਹੀ ਹੈ। ਇਹ ਰਾਸ਼ਨ ਵੰਡਣ ਦੀ ਸੇਵਾ 2017 ਤੋਂ ਸ਼ੁਰੂ ਕੀਤੀ ਗਈ ਸੀ। ਸੁਸਾਇਟੀ ਦੇ ਪ੍ਰਧਾਨ ਜੀ ਨੇ ਦੱਸਿਆ ਕਿ ਜਦੋਂ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਉਸ ਵਕਤ 15 ਪਰਿਵਾਰਾਂ ਨੂੰ ਰਾਸ਼ਨ ਵੰਡਣਾ ਸ਼ੁਰੂ ਕੀਤਾ ਸੀ, ਜੋ ਕਿ ਵੱਧ ਕੇ ਅੱਜ 80 ਪਰਿਵਾਰ ਰਾਸ਼ਨ ਲੈ ਰਹੇ ਨੇ। ਸਰਬ ਕਲਿਆਣ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਰਾਸ਼ਨ ਵੰਡਣ ਦੀ ਸੇਵਾ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਦੁਕਾਨਦਾਰ ਵੀਰਾਂ ਸਹਿਯੋਗੀ ਸੱਜਣਾਂ ਦਾ ਹੈ, ਜੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਹਰ ਮਹੀਨੇ ਆਪਣਾ ਯੋਗਦਾਨ ਪਾਉਂਦੇ ਨੇ। ਹਾਂਜੀ ਬਾਬਾ ਜੀ, ਇਹ ਆਪਾਂ ਹਰ ਮਹੀਨੇ ਕਰਦੇ ਹਾਂ ਜੀ। ਹਾਂਜੀ, ਲਗਾਤਾਰ ਹਰ ਮਹੀਨੇ ਹੀ ਲਗਾਤਾਰ ਹੀ ਇਹ ਪ੍ਰੋਗਰਾਮ ਚੱਲ ਰਿਹਾ ਜੀ। ਅਤੇ ਆਪਣੇ ਕੋਲ ਕਿੰਨੇ ਪਰਿਵਾਰ ਆ ਇਸ ਟਾਈਮ ਜੀ, ਜਿਨ੍ਹਾਂ ਨੂੰ ਆਪਾਂ ਇਹ ਰਾਸ਼ਨ ਵੰਡ ਦੇ ਰਹੇ ਹਾਂ ਜੀ? ਇਸ ਵੇਲੇ ਸਾਡੇ ਕੋਲ 80 ਦੇ ਲਗਭਗ ਪਰਿਵਾਰ ਨੇ, ਔਰ 20 ਪਰਿਵਾਰ ਜਿਹੜੇ ਸਾਡੇ ਕੋਲ ਪੈਂਡਿੰਗ ਪਏ ਨੇ, ਜਿਨ੍ਹਾਂ ਦੇ ਅਸੀਂ ਨਾਂ ਲਿਖੇ ਹੋਏ ਆ, ਪਰ ਅਸੀਂ ਹਜੇ ਤੱਕ ਆਪਣੇ ਫੰਡ ਦੇ ਹਿਸਾਬ ਨਾਲ ਉਹਨਾਂ ਨੂੰ ਹਜੇ ਰਾਸ਼ਨ ਨਹੀਂ ਪਹੁੰਚ ਸਕਿਆ। ਇਸ ਕਰਕੇ ਉਹਨਾਂ ਕੋਲੋਂ ਹਜੇ ਖਿਮਾ ਚਾਹਾਂਗੇ, ਜਿਸ ਤਰ੍ਹਾਂ ਸਾਨੂੰ ਸੰਗਤ ਅੱਗੋਂ ਸਹਿਯੋਗ ਕਰੇਗੀ, ਉਹਨਾਂ ਪਰਿਵਾਰਾਂ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ। ਇਹ ਕਿੰਨਾ ਚਿਰ ਤੋਂ ਆਪਾਂ ਬਾਬਾ ਜੀ ਇਹ ਸੇਵਾ ਕਰ ਰਹੇ ਹਾਂ ਜੀ? ਇਹ ਸੇਵਾ ਸਾਨੂੰ 2017 ਤੋਂ ਸ਼ੁਰੂ ਹੋਈ ਹੈ ਜੀ, 5ਵੇਂ ਮਹੀਨੇ ਤੋਂ, ਔਰ ਲਗਾਤਾਰ ਹੀ ਇਹ ਸੇਵਾ ਸਾਧ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ। ਤੋ ਸਾਧ ਸੰਗਤ ਸਾਨੂੰ ਬਹੁਤ ਸਹਿਯੋਗ ਦੇ ਰਹੀ ਹੈ ਕਲਾਨੌਰ ਤੋਂ, ਔਰ ਸਾਰੇ ਇਲਾਕੇ ਤੋਂ ਹੀ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ। ਅੱਜ ਸਾਡੇ ਕੋਲ ਪਹੁੰਚੇ ਨੇ ਪੈਟਰੋਲ ਪੰਪ ਤੋਂ ਵਿਜੇ ਕੁਮਾਰ ਜੀ ਦੇ ਸਪੁੱਤਰ, ਇੱਧਰ ਆ ਜਾਓ 2 ਮਿੰਟ, ਇਹਨਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ। ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਨੂੰ ਨਿਵਾਜਿਆ ਹੈ, ਔਰ ਇਹ ਸਾਧ ਸੰਗਤ ਦੇ ਸੇਵਾ ਵਾਸਤੇ ਪਹੁੰਚੇ ਨੇ। ਅੱਗੇ ਤੋਂ ਵੀ ਇਹ ਇਹਨਾਂ ਨੇ ਕਿਹਾ ਵੀ ਇਹਨਾਂ ਦੇ ਮਿਸਰ ਜੀ ਵੀ ਡਾਕਟਰ ਨੇ, ਔਰ ਸਾਧ ਸੰਗਤ ਵਾਸਤੇ ਦਵਾਈਆਂ ਦੀ ਵੀ ਸੇਵਾ ਕਰਿਆ ਕਰਨਗੇ, ਔਰ ਇਹ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਉਹਨਾਂ ਦੇ ਭਾਗੀ ਬਣਨਗੇ। ਸਤਿ ਸ਼੍ਰੀ ਅਕਾਲ। ਕਲਾਨੌਰ ਤੋਂ ਇੰਦਰ ਮੋਹਨ ਸਿੰਘ ਸੋਢੀ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।